जिमें जिमें पंजाब दियां 2022 दियां विधानसभा चोणां नेड़े आ रहियां ने, पंजाब च सियासी सरगर्मियां भी तेज हो रहियां ने। आज सवेरे ही श्रोमणी अकाली दल डेमोक्रेटिक दे प्रधान सुखदेव सिंह ढींडसा दे वल्लों एक खुलासा किया गया कि उन्हां दी आम आदमी पार्टी दे नाल मीटिंग हुई है। उन्होंने दोहां पार्टियां दे विच गठजोड़ होने की संभावना जताई सी, पर जिवें ही इस खबर बारे आम आदमी पार्टी तो पूछा गया तो आपने गठजोड़ की गल नूं सिरे तो ही नकार दिता। विरोधी धिर दे नेता हरपाल सिंह चीमा ने कहा कि श्रोमणी अकाली दल डेमोक्रेटिक अते आप दे पंजाब सह इंचार्ज राघव चड्डा दे विचाले मीटिंग हुई है, पर इस विच किसी भी गठजोड़ की थां ते श्रोमणी अकाली दल डेमोक्रेटिक दे आगुआं नूं आम आदमी पार्टी ज्वाइन करन वाली गल हुई है। आम आदमी पार्टी किसी भी तरह का गठजोड़ नहीं करेगी, सगो सुखदेव सिंह ढींडसा अपने बाकी आगुआं दे समेत आम आदमी पार्टी दे विच शामिल होणगे। सरदार सुखदेव सिंह ढींडसा जी दे नाल बिल्कुल आम आदमी पार्टी दे सीनियर लीडर राघव चड्डा जी की गलबात हुई है, बड़े अच्छे माहौल दे विच हुई है, बड़े पॉजिटिव ढंग दे नाल हुई है। पर लेकिन मैं बड़ा स्पष्ट करना चाहुंदा गा कि आम आदमी पार्टी ढींडसा ग्रुप नाल कोई जड़ा हैगा अलायंस नहीं करूगी। आम आदमी पार्टी कल्या चोन लड़ूगी, पर इत्थे बड़ा स्पष्ट आ कि आम आदमी पार्टी दे विच बहुत सारे लीडर जिहड़े हैगे ने ढींडसा ग्रुप दे बड़ी जल्दी शामिल हो रहे हैं, बड़ी जल्दी तुहानूं खुशखबरी देवांगे। देखो बड़ा बड़ा स्पष्ट हैगा, मैं फिर कह रहा हाँ कि अलायंस नहीं होगा। वड्डी पद्धर ते जिहड़ी डेमोक्रेटिक पार्टी है जिहड़ी अकाली दल ਉਹ ਸਾਨੂੰ ਜੁਆਇਨ ਕਰ ਰਹੇ ਨੇ, ਬੜੀ ਜਲਦੀ ਜਿਹੜਾ ਹੈਗਾ ਆ ਸਕਦੇ ਨੇਗੇ। ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਵੀ ਆ ਸਕਦੇ ਨੇ, ਢੀਂਡਸਾ ਸਾਹਿਬ ਵੀ ਸ਼ਾਮਿਲ ਹੋ ਸਕਦੇ। ਦੇਖੋ ਇਹ ਤਾਂ ਉਹਨਾਂ ਦੀ ਗੱਲ ਆ, ਪਰ ਲੇਕਿਨ ਜਿਸ ਗਰੁੱਪ ਨਾਲ ਸਾਡੀ ਮੀਟਿੰਗ ਹੋਈ ਆ ਉਹ ਇਕੱਲੇ ਢੀਂਡਸਾ ਗਰੁੱਪ ਦੇ ਨਾਲ ਮੀਟਿੰਗ ਹੋਈ ਆ, ਹਜੇ ਤੱਕ ਬਿਲਕੁਲ ਅੱਛੇ ਮਾਹੌਲ ਦੇ ਵਿੱਚ ਹੋਈ ਆ, ਬੜੇ ਅੱਛੇ ਢੰਗ ਨਾਲ ਹੋ ਜਾਏਗੀ। ਬਹੁਤ ਜਲਦੀ ਉਹਨਾਂ ਦੇ ਕੱਦਾਵਰ ਲੀਡਰ ਜਿਹੜੇ ਹੈਗੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ, ਪਰ ਲੇਕਿਨ ਮੈਂ ਸਪਸ਼ਟ ਕਰਦਾ ਕਿ ਆਮ ਆਦਮੀ ਪਾਰਟੀ ਅਲਾਇੰਸ ਨਹੀਂ ਕਰੂਗੀ, ਸਮਝੌਤਾ ਨਹੀਂ ਕਰੂਗੀ। ਦੇਖੋ ਹਜੇ ਤਾਂ ਇੱਕ ਮੀਟਿੰਗ ਹੋਈ ਆ, ਹਜੇ ਪਹਿਲੀ ਮੀਟਿੰਗ ਹੋਈ ਆ, ਹਜੇ ਮੀਟਿੰਗਾਂ ਦਾ ਦੌਰ ਜਾਰੀ ਆ, ਕਿਸੇ ਨਤੀਜੇ ਜਦੋਂ ਪਹੁੰਚਾਂਗੇ ਤੁਹਾਨੂੰ ਦੱਸਾਂਗੇ। ਬਿਲਕੁਲ ਦੇਖੋ ਕੌਮੀ ਲੈਵਲ 'ਤੇ ਗੱਠਜੋੜ ਹੋਣਾ ਜਾਂ ਨਹੀਂ ਹੋਣਾ ਇਹ ਪਾਰਟੀ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਆ ਡਿਸਾਈਡ ਕਰੂਗੀ ਵੀ ਹੋਣਾ ਜਾਂ ਨਹੀਂ ਹੋਣਾ ਗਾ, ਪਰ ਲੇਕਿਨ ਅਸੀਂ ਸਪਲੈਂਟਰ ਗਰੁੱਪ ਦੇ ਜਿਹੜੇ ਛੋਟੇ ਗਰੁੱਪ ਨੇ ਉਹਨਾਂ ਨਾਲ ਅਲਾਇੰਸ ਨਹੀਂ ਕਰਾਂਗੇ। ਕੌਮੀ ਲੈਵਲ 'ਤੇ ਜੇ ਕੋਈ ਹੁੰਦਾ ਗਾ ਉਹ ਜਿਹੜੀ ਸਾਡੀ ਨੈਸ਼ਨਲ ਲੀਡਰਸ਼ਿਪ ਆ ਡਿਸਾਈਡ ਕਰੂ। ਮੈਂ ਵਾਰ ਵਾਰ ਕਹਿ ਰਿਹਾ ਗਾ ਕਿ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਡੈਮੋਕਰੇਟਿਕ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਕੋਈ ਅਲਾਇੰਸ ਨਹੀਂ ਹੋਣਾ ਗਾ, ਪਰ ਲੇਕਿਨ ਉਹ ਉਹਨਾਂ ਦੇ ਬਹੁਤ ਸਾਰੇ ਲੀਡਰ ਬੜੀ ਜਲਦੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ। ਹਜੇ ਨਵਜੋਤ ਸਿੰਘ ਸਿੱਧੂ ਜੀ ਨਾਲ ਕੋਈ ਗੱਲਬਾਤ ਨਹੀਂ ਹੋਈ, ਆਫੀਸ਼ੀਅਲੀ ਅਨਆਫੀਸ਼ੀਅਲੀ ਕੋਈ ਗੱਲਬਾਤ ਨਹੀਂ ਹੋਈ। ਦੇਖੋ ਲੀਡਰਾਂ ਨਾਲ ਬਹੁਤ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਹੈ, ਇਕੱਲੇ ਮਾਝੇ ਦੇ ਨਹੀਂ ਪੂਰੇ ਪੰਜਾਬ ਦੇ ਲੀਡਰਾਂ ਨਾਲ ਗੱਲ ਚੱਲ ਰਹੀ ਹੈ, ਜਿਹੜੇ ਮੈਂ ਸਮਝਦਾ ਪੰਜਾਬ ਲਈ ਸਿਹਰਦ ਨੇ, ਨੇਕ ਦਿਲ ਨੇ, ਇਮਾਨਦਾਰ ਨੇਗੇ, ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇਗੇ, ਪੰਜਾਬ ਲਈ ਜਿਹਨਾਂ ਦਾ ਦਿਲ ਧੜਕਦਾ ਗਾ ਉਹਨਾਂ ਸਾਰਿਆਂ ਨਾਲ ਗੱਲਬਾਤ ਜਾਰੀ ਹੈਗੀ। ਬੜੀ ਜਲਦੀ ਵੱਡੀਆਂ ਜੁਆਇਨਗਾ ਵੀ ਹੋਣਗੀਆਂ। ਲੋਕ ਇਨਸਾਫ ਪਾਰਟੀ ਨਾਲ ਕੋਈ ਅਸੀਂ ਜਿਹੜੀ ਗੱਲਬਾਤ ਨਹੀਂ ਹੋਈ, ਅਸੀਂ ਗੱਠਜੋੜ ਨਹੀਂ ਕਰ ਰਹੇ, ਗੱਠਜੋੜ ਦੀ ਕੋਈ ਲੋੜ ਨਹੀਂ ਹੈਗੀ, ਅਸੀਂ ਗੱਠਜੋੜ ਨਹੀਂ ਕਰ ਰਹੇ। ਦੇਖੋ ਫਿਲਹਾਲ ਜਿਹੜਾ ਅੱਜ ਦਾ ਫੈਸਲਾ ਗਾ ਉਹੀ ਆ ਕਿ ਗੱਠਜੋੜ ਨਹੀਂ ਹੋਊਗਾ, ਜਿਹੜਾ ਅਗਲਾ ਫੈਸਲਾ ਗਾ ਜਿਹੜਾ ਆਊਗਾ ਉਹ ਦੱਸ ਦਿਆਂਗੇ ਤੁਹਾਨੂੰ। ਦੇਖੋ ਗੱਠਜੋੜ ਨਹੀਂ ਹੋਇਆ, ਮੈਂ ਸਮਝਦਾ ਗੱਲਬਾਤ ਜ਼ਰੂਰ ਹੋਈ ਹੈਗੀ, ਗੱਲਬਾਤ ਬੜੇ ਅੱਛੇ ਢੰਗ ਦੇ ਨਾਲ ਹੋਈ ਹੈਗੀ, ਪਰ ਗੱਠਜੋੜ ਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ, ਸਿਰਫ ਜੁਆਇਨਿੰਗ ਤਾਂ ਜਿਹੜੀ ਗੱਲਬਾਤ ਹੋਈ ਹੈ। ਮੈਂ ਕਹਿ ਰਿਹਾ ਕਿ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ, ਪੋਜ਼ਿਟਿਵ ਢੰਗ ਦੇ ਨਾਲ ਹੋਈ ਹੈਗੀ, ਸਿਰਫ ਜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਤਾਂ ਜੁਆਇਨ ਕਰਨਗੇ। ਦੇਖੋ ਇਹ ਉਹਨਾਂ ਦਾ ਆਪਦਾ ਪੱਖ ਹੈਗਾ, ਪਰ ਲੇਕਿਨ ਆਮ ਆਦਮੀ ਪਾਰਟੀ ਅਲਾਇੰਸ ਨਹੀਂ ਕਰੂਗੀ। ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਡੈਮੋਕਰੇਟਿਕ ਅਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਦੇ ਜਿਹੜੇ ਇਮਾਨਦਾਰ ਲੋਕ ਨੇ ਉਹ ਸ਼ਾਮਿਲ ਹੋ ਰਹੇ ਨੇ। ਦੇਖੋ ਅਸੀਂ ਤਾਂ ਹਰ ਇੱਕ ਪਾਰਟੀ ਤੱਕ ਅਪਰੋਚ ਕਰ ਰਹੇ ਹਾਂ, ਹਰ ਇੱਕ ਉਸ ਇਨਸਾਨ ਤੱਕ ਅਪਰੋਚ ਕਰ ਰਹੇ ਜਿਹੜਾ ਪੰਜਾਬ ਨੂੰ ਬਚਾਉਣਾ ਚਾਹੁੰਦਾ ਗਾ, ਜਿਹੜਾ ਇਮਾਨਦਾਰ ਆ, ਜਿਹੜਾ ਦੂਜੀਆਂ ਪਾਰਟੀਆਂ 'ਚ ਬੈਠਾ, ਚਾਹੇ ਉਹ ਕਿਸੇ ਵੀ ਮਰਜ਼ੀ ਪਾਰਟੀ 'ਚ। ਅਸੀਂ ਚਾਹੁੰਦੇ ਹਾਂ ਕਿ ਆਉਣ ਪਾਰਟੀ ਦੇ ਵਿੱਚ ਸਾਡੀ ਪਾਰਟੀ ਮਜ਼ਬੂਤ ਹੋਊਗੀ ਔਰ ਸਰਕਾਰ ਬਣਾਵਾਂਗੇ 2022 'ਚ। ਦੇਖੋ ਹਜੇ ਤੱਕ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਮੈਂ ਉਹ ਕਨਫਰਮ ਕਰ ਰਿਹਾ, ਜਿਹਨਾਂ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਮੈਂ ਕਨਫਰਮੇਸ਼ਨ ਨਹੀਂ ਕਰ ਸਕਦਾ। ਦੇਖੋ ਮੇਰੀ ਜਿਹੜੀ ਜਿੰਨਾ ਕੁ ਮੈਨੂੰ ਪਤਾ ਕਿ ਰਾਘਵ ਚੱਡਾ ਜੀ ਨਾਲ ਗੱਲਬਾਤ ਹੋਈ, ਸਾਡੀ ਗੱਲਬਾਤ ਹੋਈ ਆ। ਜੇਕਰ ਗੱਲਬਾਤ ਹੋਈ ਆ ਤਾਂ ਹੀ ਮੈਂ ਤੁਹਾਨੂੰ ਬਰੀਫ ਕਰ ਰਿਹਾ ਹਾਂਗਾ। ਬਿਲਕੁਲ ਅਸੀਂ ਜਿਹੜੀ ਆ ਪੰਜਾਬ ਦਾ ਯੂਨਿਟ ਜਿਹੜਾ ਹੈਗਾ ਸਾਡੇ ਨੈਸ਼ਨਲ ਯੂਨਿਟ ਦੇ ਨਾਲ ਮਿਲ ਕੇ, ਨੈਸ਼ਨਲ ਜਿਹੜੀ ਲੀਡਰਸ਼ਿਪ ਉਹਦੇ ਨਾਲ ਮਿਲ ਕੇ ਫੈਸਲੇ ਕਰ ਦਿਆਂਗੇ। ਬਿਲਕੁਲ ਜਿਹੜਾ ਹੈਗਾ ਸਾਨੂੰ ਪੁੱਛ ਕੇ ਸਾਰੀਆਂ ਗੱਲਬਾਤ ਹੁੰਦੀਆਂ ਨੇ। ਇਹਨਾਂ ਖਬਰਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਲੀਡਰ ਰਾਜ ਕੁਮਾਰ ਵੀਰਕਾ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦਾ ਮਜ਼ਾਕ ਉਡਾਉਂਦੇ ਹੋਏ ਉਹਨਾਂ ਨੂੰ ਚਿੱਲਰ ਪਾਰਟੀ ਤੱਕ ਕਹਿ ਦਿੱਤਾ। ਉਹਨਾਂ ਨਾਲ ਹੀ ਕਿਹਾ ਕਿ ਇਹ ਚਿੱਲਰ ਪਾਰਟੀ ਕਦੋਂ ਵੀ ਖਿੱਲਰ ਸਕਦੀ ਹੈ। ਇਹ ਚਿੱਲਰ ਪਾਰਟੀ ਇਕੱਠਾ ਹੋਣਾ ਚਾਹੁੰਦੀ ਹੈ, ਇਹ ਭਾਨ ਨਹੀਂ ਹੁੰਦਾ ਢੇਲੀਆਂ ਪੋਲੀਆਂ ਬਈ, ਇਹ ਪਤਾ ਨਹੀਂ ਕਦੋਂ ਖਿੱਲਰ ਜਾਣੇ ਭਾਈ। ਅਤੇ ਇੱਕ ਪਾਸੇ ਚਾਂਦੀ ਦਾ ਇਹ ਖਰਾ ਸਿੱਕਾ ਕਾਂਗਰਸ ਦਾ ਸੋਲਿਡ ਸਿੱਕਾ, ਇੱਕ ਪਾਸੇ ਚਿੱਲਰ ਪਾਰਟੀ, ਇਹ ਮੁਕਾਬਲਾ ਨਹੀਂ ਕਰ ਸਕਦੀ। ਕਹੀਂ ਕੀਟ ਕਹੀਂ ਕਾ ਰੋੜਾ, ਬਾਂਗਮਤੀ ਨੇ ਕੁੰਬਾ ਜੋੜਾ, ਇਹ ਇੱਟ ਰੋੜਿਆਂ ਦੀ ਪਾਰਟੀ, ਇਹ ਪਤਾ ਨਹੀਂ ਕਦੋਂ ਖਿੱਲਰ ਜੇ ਭਾਈ।
कांग्रेस पार्टी छिकेबंद पार्टी है, कल्या लड़ेगी, टीचा पूरा करेगी, 2022 दे विच कांग्रेस पार्टी दोबारा सरकार बनाएगी। आप वालों गठजोड़ दी थां ते पार्टी च शामिल होने दी खबर तो बाद सुखदेव सिंह ढींडसा ने इस गल नूं साफ कर दिता कि वो अपनी पार्टी नहीं छड़नगे, जे होवेगा ता गठजोड़ ही होवेगा। पार्टी तो साडी आ, असीं बणाई आ, असीं किवें छड़ांगे, असीं पार्टी स्ट्रोंग कर रहे हां दिनों दिन, इस करके गल्लां ब्यूरो रिपोर्ट द पंजाब टीवी।